ਮੈਂ ਡਾਕਟਰ ਨਰਿੰਦਰ ਕੁਮਾਰ ਸਿੰਗਲਾ ਸਿੰਗਲਾ ਆਈ ਕੇਅਰ ਅਤੇ ਫੇਕੋ ਸੈਂਟਰ ਵਿੱਚ ਆਈ ਸਪੈਸ਼ਲਿਸਟ ਦੇ ਤੌਰ ਤੇ ਸੇਵਾਵਾਂ ਦੇ ਰਿਹਾ ਹਾਂ। ਅੱਜ ਮੈਂ ਤੁਹਾਨੂੰ ਚਿੱਟੇ ਮੋਤੀਏ ਬਾਰੇ ਜਾਣਕਾਰੀ ਦੇਵਾਂਗਾ। ਇਹ ਮੋਤੀਆ ਕੀ ਚੀਜ਼ ਹੈ, ਇਸ ਨੂੰ ਜਾਣਨ ਲਈ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਜਿਵੇਂ ਅਸੀਂ ਐਨਕ ਦੇ ਸ਼ੀਸ਼ੇ ਲਗਾ ਕੇ ਐਨਕ ਨਾਲ ਸਾਫ਼ ਦੇਖ ਸਕਦੇ ਹਾਂ, ਉਸੇ ਤਰ੍ਹਾਂ ਜੇ ਐਨਕ ਦੇ ਸ਼ੀਸ਼ੇ ਧੁੰਦਲੇ ਹੋ ਜਾਣ ਕਿਸੇ ਕਾਰਨ ਕਰਕੇ, ਖਰੋਚਾ ਕਰਕੇ ਉਹ ਸਾਫ਼ ਨਾ ਹੋਣ ਤਾਂ ਇਨਸਾਨ ਅੱਛੀ ਤਰ੍ਹਾਂ ਨਹੀਂ ਦੇਖ ਸਕਦਾ। ਇਸੇ ਤਰ੍ਹਾਂ ਪਰਮਾਤਮਾ ਨੇ ਸਾਡੇ ਅੱਖਾਂ ਵਿੱਚ ਦੋ ਲੈਂਸ ਫਿੱਟ ਕੀਤੇ ਹੋਏ ਹਨ ਜੋ ਸਾਫ਼ ਹੁੰਦੇ ਹਨ। ਇਸ ਕਾਰਨ ਅਸੀਂ ਦੂਰ ਅਤੇ ਨਜ਼ਦੀਕ ਸਾਰੇ ਸਾਫ਼ ਤੌਰ ਤੇ ਦੇਖ ਸਕਦੇ ਹਾਂ। ਕਿਸੇ ਕਾਰਨ ਵਸ਼ ਜੇ ਉਹ ਸ਼ੀਸ਼ੇ ਧੁੰਦਲੇ ਹੋ ਜਾਣ ਤਾਂ ਉਸ ਕੰਡੀਸ਼ਨ ਨੂੰ ਅਸੀਂ ਮੋਤੀਆ ਕਹਿੰਦੇ ਹਾਂ। ਮੋਤੀਆ ਦੇ ਬਹੁਤ ਸਾਰੇ ਕਾਰਨ ਹਨ। ਇਹਨਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਉਮਰ ਹੈ। ਵੱਧਦੀ ਉਮਰ ਨਾਲ ਜੋ ਸ਼ੀਸ਼ੇ ਪਰਮਾਤਮਾ ਨੇ ਸਾਫ਼ ਸੁਥਰੇ ਦਿੱਤੇ ਸਨ ਉਹ ਹੌਲੀ ਹੌਲੀ ਧੁੰਦਲੇ ਹੋ ਜਾਂਦੇ ਹਨ, ਜਿਸ ਕਾਰਨ ਸਾਡੀ ਨਿਗਾਹ ਘੱਟ ਜਾਂਦੀ ਹੈ। ਉਮਰ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਕਾਰਨ ਹਨ। ਕਈਆਂ ਵਿੱਚ ਤਾਂ ਜਨਮ ਤੋਂ ਹੀ ਮੋਤੀਆ ਹੋ ਜਾਂਦਾ ਹੈ, ਜਿਸ ਨੂੰ ਅਸੀਂ ਜਮਾਂਦਰੂ ਮੋਤੀਆ ਕਹਿੰਦੇ ਹਾਂ। ਬਚਪਨ ਵਿੱਚ ਸੱਟ ਕਾਰਨ ਮੋਤੀਆ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਹੁਣ ਆਉਣ ਵਾਲੇ ਟਾਈਮ ਵਿੱਚ ਜਿਸ ਤਰ੍ਹਾਂ ਦੁਸ਼ਹਿਰਾ ਜਾਂ ਦੀਵਾਲੀ ਆਉਣਗੇ, ਉਹਨਾਂ ਵਿੱਚ ਤੀਰ ਕਮਾਨ ਜਾਂ ਕਰੈਕਰਸ ਇੰਜਰੀ ਦੇ ਨਾਲ ਅੱਖ ਦੇ ਉੱਤੇ ਸੱਟ ਵੱਜ ਕੇ ਉਹੀ ਲੈਂਸ ਜਿਹੜਾ ਸਾਫ਼ ਹੁੰਦਾ ਸੀ ਉਹ ਧੁੰਦਲਾ ਹੋ ਜਾਂਦਾ ਹੈ ਅਤੇ ਉੱਥੇ ਮੋਤੀਆ ਬਣ ਜਾਂਦਾ ਹੈ, ਜਿਸ ਨੂੰ ਅਸੀਂ ਟਰੋਮੈਟਿਕ ਕੈਟਰੈਕਟ ਕਹਿੰਦੇ ਹਾਂ। ਹੋਰ ਕਈ ਕਾਰਨ ਜਿਵੇਂ ਕੋਈ ਦਵਾਈਆਂ ਖਾ ਰਹੇ ਹਨ ਜਾਂ ਕੋਈ ਅੱਖਾਂ ਦੀਆਂ ਹੋਰ ਬਿਮਾਰੀਆਂ ਹੋਣ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਚੱਲ ਰਹੀਆਂ ਹਨ, ਉਹਨਾਂ ਦੇ ਟੌਕਸਿਕ ਇਫੈਕਟ ਕਾਰਨ ਮੋਤੀਆ ਬਣ ਜਾਂਦਾ ਹੈ। ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਸਾਡੇ ਅੱਖ ਵਿੱਚ ਮੋਤੀਆ ਬਣ ਰਿਹਾ ਹੈ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅੱਖ ਦੀ ਨਿਗਾਹ ਧੁੰਦਲੀ ਹੋ ਜਾਂਦੀ ਹੈ, ਜਾਂ ਕਿਸੇ ਦੇ ਐਨਕ ਲੱਗੀ ਹੋਵੇ ਉਸ ਦਾ ਨੰਬਰ ਬਾਰ ਬਾਰ ਬਦਲਦਾ ਹੈ। ਮਰੀਜ਼ ਕਈ ਵਾਰੀ ਇਹ ਵੀ ਆ ਕੇ ਸ਼ਿਕਾਇਤ ਕਰਦਾ ਹੈ ਕਿ ਮੈਨੂੰ ਜਿਸ ਤਰ੍ਹਾਂ ਮੈਂ ਸੁਬਾਹ ਚੰਦ ਸ਼ਾਮ ਨੂੰ ਚੰਦ ਦੇਖਦਾ ਸਾਂ ਤਾਂ ਉਹ ਇੱਕ ਦਿਖਦਾ ਸੀ ਪਰ ਹੁਣ ਦੋ ਜਾਂ ਤਿੰਨ ਦਿਸਦੇ ਹਨ। ਇਹ ਜੇ ਐਨਕ ਬਾਰ ਬਾਰ ਬਦਲਦੀ ਹੈ ਇਹ ਵੀ ਇੱਕ ਚਿੱਟੇ ਮੋਤੀਏ ਦੀ ਨਿਸ਼ਾਨੀ ਹੈ। ਹਰ ਆਦਮੀ ਦੀ 40 ਸਾਲ ਦੀ ਉਮਰ 'ਤੇ ਆ ਕੇ ਤਕਰੀਬਨ ਨੇੜੇ ਦੀ ਐਨਕ ਲੋੜ ਪੈਂਦੀ ਹੈ, ਪਰ ਜਦੋਂ ਮੋਤੀਆ ਸ਼ੁਰੂ ਹੋ ਜਾਵੇ ਤਾਂ ਬਹੁਤ ਸਾਰੇ ਮਰੀਜ਼ਾਂ ਵਿੱਚ ਕੀ ਹੁੰਦਾ ਹੈ ਕਿ ਨੇੜੇ ਦੀ ਨਿਗਾਹ ਦੁਬਾਰਾ ਫਿਰ ਠੀਕ ਹੋਣ ਲੱਗ ਜਾਂਦੀ ਹੈ ਔਰ ਦੂਰ ਦੀ ਨਿਗਾਹ ਖਰਾਬ ਹੋ ਜਾਂਦੀ ਹੈ। ਮਰੀਜ਼ ਸੋਚਦਾ ਹੈ ਕਿ ਮੇਰੀ ਨੇੜੇ ਦੀ ਨਿਗਾਹ ਠੀਕ ਹੋ ਗਈ, ਕਿਸੇ ਦਵਾਈ ਦੇ ਕਾਰਨ ਇਹ ਠੀਕ ਹੋ ਗਈ। ਅਸਲ ਵਿੱਚ ਉਹ ਠੀਕ ਨਹੀਂ ਹੋਈ, ਉਸਦੇ ਇੱਕ ਇਹ ਲੱਛਣ ਹਨ ਕਿ ਉਸਦੇ ਚਿੱਟਾ ਮੋਤੀਆ ਸ਼ੁਰੂ ਹੋ ਰਿਹਾ ਹੈ। ਉਸ ਦੀ ਜਾਣਕਾਰੀ ਲਈ ਉਸ ਨੂੰ ਅਸੀਂ ਕਿਸ ਤਰ੍ਹਾਂ ਪੂਰੀ ਤਰ੍ਹਾਂ ਦੇਖ ਸਕਦੇ ਹਾਂ ਕਿ ਮੋਤੀਆ ਹੈ? ਬੜੀ ਉਮਰ ਵਿੱਚ ਤਾਂ ਹਰ ਸਾਲ ਆਈ ਸਪੈਸ਼ਲਿਸਟ ਕੋਲੋਂ ਇਹ ਚੈੱਕ ਕਰਵਾਉਣਾ ਚਾਹੀਦਾ ਹੈ ਔਰ ਡਾਕਟਰ ਹੀ ਦੇਖ ਕੇ ਪੂਰੀ ਤਰ੍ਹਾਂ ਦੱਸ ਸਕਦਾ ਹੈ ਕਿ ਇਸ ਦੇ ਮੋਤੀਆ ਹੈ ਜਾਂ ਨਹੀਂ। ਜੇ ਮੋਤੀਆ ਹੋਵੇ ਤਾਂ ਇਸ ਵਾਸਤੇ ਸਾਨੂੰ ਆਈ ਸਪੈਸ਼ਲਿਸਟ ਕੋਲ ਜਾਣਾ ਚਾਹੀਦਾ ਹੈ। ਬੜੀ ਉਮਰ ਵਿੱਚ
हर साल चेकअप करवाना चाहिए है। बच्चों में 3 या 4 साल की उम्र में ही एक बार जरूर चेकअप करवाना चाहिए है। उसका फायदा यह होता है कि इस दे मोतिया कोई बचपन तो नहीं, जे किसी दे किसी किस्म की सट वज जाए तो भी चाहे वह बहुत छोटी जी सट हो, चेकअप करवाना बहुत ज़्यादा जरूरी होता है। वह सट के कारण मोतिया हौली हौली ज़्यादा बन जाता है। हुण जे मोतिया किसी दे है तो उसका की इलाज है? इसका शुरू शुरू विच ता असी ऐनक दे द्वारा कोशिश करते हाँ कि जिहड़ी थोड़ी बहुत निगाह उसकी कट हुई है वो ऐनक नाल इंप्रूव कर जाए। जिन्नी देर मरीज़ का ऐनक दे नाल कम चल रहा है वो चलाना चाहिए है। कोई भी दवाई बहुत ज़्यादा कामयाब दवाई नहीं है जिसका जिसनों असी कह सकीए कि यह चिट्टे मोतिया नूं ला देवेगी या उसनों ठीक कर देवेगी। अक्सर चिट्टा मोतिया अपनी स्पीड नाल हौली हौली वधदा जाता है। हर एक मरीज़ की अपनी अपनी रफ्तार है। उस दे विच किसी मरीज़ विच मोतिया वधन वास्ते 5 साल लै सकता है, किसी मरीज़ विच 6 महीनों विच आ सकता है। इसलिए चेकअप करवाना बहुत ज़्यादा जरूरी होता है। जे हुण मोतिया हो जाए तो उसका ज़्यादा पक्का इलाज दवाइयाँ नहीं हैं, सर्जरी ही उसका इलाज है। सर्जरी बहुत ज़्यादा तसली बख्श है जिहड़ी कि अजकल बगैर टांके तो फेको मशीन नाल फोल्डेबल लेंस पा के निगाह पूरी आ जाती है। फिर दूसरा सवाल, जदों असी ऑपरेशन करवाना सोच लिया कि भी असी चिट्टे मोतिया का इलाज करवाना है तो साढ़े मन में आता है कि असी केड़ा लेंस पवाइए। लेंस 2 तरह के मेजर तौर पर मिलते हैं। एक मल्टीफोकल जिहड़ा कि दूर अते नेड़े दा हुंदा है, एक यूनीफोकल जिस विच कला दूर की निगाह आम तौर पर ठीक की जाती है ते नेड़े वास्ते उसनू ऐनक लगानी पैंदी है। ये चुनन वास्ते कि केड़े मरीज़ दे यूनीफोकल ज़्यादा ठीक रहेगा, केड़े मरीज़ दे मल्टीफोकल ज़्यादा ठीक रहेगा, वो अपने आई स्पैशलिस्ट नाल राय करके उसके फायदे या कफायदे सोच के फैसला किया जा सकता है कि केड़ा लेंस पाना है। अजकल लेंस पाने तो बाद बहुत ज़्यादा टाइम सानू बाद दे विच नहीं लगता, अपने काम ते असी जल्दी ही वापस लौट सकते हाँ। पहला 2-2 महीने लग जाते सन, 1.5-2 महीने लग जाते सन, पर हुण तकरीबन हफ्ते दे विच तुसी अपना काम दोबारा संभाल सकते हो। दवाइयाँ तकरीबन 15-20 दिन महीना पानिया पैंदियां हन, बहुत थोड़ियां दवाइयाँ पाउनियां पैंदियां हन, अते अपने काम ते तुसी जल्दी ही वापस लौट सकते हो। थैंक यू।